जुग जुग अटल लोक परलोक दे राखे चवर छतर तक दे मालक दो जहान दे वाले निमाणियां दे मान नितानियां दे तान ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਗਤੀ ਰੂਪ ਦੇ ਵਿੱਚ ਬਿਰਾਜਮਾਨ ਬਹੁਤ ਸਾਰੇ ਸੰਤ ਮਹਾਂਪੁਰਖ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਤੇ ਬਹੁਤ ਹੀ ਪੰਥ ਦੀਆਂ ਮਹਾਨ ਹਸਤੀਆਂ ਬੈਠੀਆਂ ਨੇ। ਸਭ ਤੋਂ ਪਹਿਲਾਂ ਗੁਰੂ ਘਰ ਦੇ ਇਸ ਦਾਸ ਵੱਲੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਮਹਾਨ ਮਹਾਂਪੁਰਖ ਬਾਬਾ ਧੰਨਾ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਅਸੀਂ ਅੱਜ ਜੁੜ ਕੇ ਸਤਿਗੁਰੂ ਦਾ ਮਹਾਨ ਗੁਣਗਾਨ ਕਰ ਰਹੇ। ਜਿਵੇਂ ਕਿ ਮੇਰੇ ਬਹੁਤ ਹੀ ਸਤਿਕਾਰਯੋਗ ਸੁਖਵਰ ਸਿੰਘ ਜੀ ਪੰਨੂ ਜੀ ਨੇ ਆਪ ਜੀ ਨੂੰ ਦੱਸਿਆ, ਦਾਸ ਨੂੰ ਵੀ ਦੱਸਿਆ ਕਿ ਇਸ ਅਸਥਾਨ ਤੋਂ ਸਹੀ ਮਾਇਨਿਆਂ ਦੇ ਵਿੱਚ ਸਿੱਖ ਸਿਧਾਂਤਾਂ ਦੀ ਤਰਜਮਾਨੀ ਹੁੰਦੀ ਹੈ, ਕੋਈ ਅਤਕਥਨੀ ਨਹੀਂ ਹੈ। ਪਰ ਸਾਨੂੰ ਇਹੋ ਹੀ ਗੁਰੂ ਸਾਹਿਬਾਨ ਨੇ ਸਿਖਾਇਆ, ਮੰਗਣਾ ਸਿੱਖ ਨੇ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਤੋਂ, ਜਾਂ ਮੰਗਣਾ ਸਤਿਗੁਰੂ ਤੋਂ। ਜਿਹੜਾ ਇੱਕ ਅਕਾਲ ਪੁਰਖ ਤੋਂ ਮੰਗਦਾ ਹੈ, ਜਿਹੜਾ ਸਤਿਗੁਰੂ ਤੋਂ ਮੰਗਦਾ ਹੈ, ਉਹਨੂੰ ਦੁਨੀਆਂ ਦੇ ਵਿੱਚ ਸੰਸਾਰ ਦੇ ਵਿੱਚ ਕਿਸੇ ਤੋਂ ਹੋਰ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ। ਕਿਉਂਕਿ ਸੰਸਾਰ ਦਾ ਸਭ ਤੋਂ ਵੱਡਾ ਦਾਤਾ ਜਿਹੜਾ ਹੈ ਉਹ ਇੱਕ ਅਕਾਲ ਪੁਰਖ ਹੈ। ਬਾਣੀ ਦੇ ਵਿੱਚ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ, ਦੱਦਾ ਦਾਤਾ ਇੱਕ ਹੈ, ਸਭ ਕਉ ਦੇਵਨ ਹਾਰ, ਦਿੰਦਿਆਂ ਤੋਟ ਨਾ ਪਾਇ, ਅਗੰਤ ਭਰੇ ਭਲਾਰ। ਉਸ ਮਾਲਕ ਨੂੰ, ਉਸ ਵਾਹਿਗੁਰੂ ਨੂੰ ਦਾਤਾਂ ਦਿੰਦਿਆਂ ਕਦੇ ਘਾਟਾ ਨਹੀਂ ਆਉਂਦਾ, ਕਦੇ ਤੋਟ ਨਹੀਂ ਆਉਂਦੀ। ਬੰਦੇ ਤੋਂ ਮੰਗਾਂਗੇ, ਭਾਵੇਂ ਧਰਮ ਲਈ ਮੰਗੀਏ, ਧਰਮ ਅਸਥਾਨ ਲਈ ਮੰਗੀਏ, ਇੱਕ ਵਾਰੀ ਮੰਗਾਂਗੇ ਉਹ ਦੇ ਦੇਗਾ, ਦੋ ਵਾਰੀ ਮੰਗਾਂਗੇ ਉਹ ਦੇ ਦੇਗਾ, ਤਿੰਨ ਵਾਰੀ ਮੰਗਾਂਗੇ ਉਹ ਅਣਮਨੇ ਨਾਲ ਦੇਗਾ, ਚੌਥੇ ਵਾਰੀ ਮੰਗਾਂਗੇ ਉਹਦੇ ਮੱਥੇ ਤੇ ਤਿਉੜੀ ਪੈ ਜਾਏਗੀ, ਪੰਜਵੇਂ ਵਾਰੀ ਮੰਗਾਂਗੇ ਤਿਉੜੀ ਹੋਰ ਡੂੰਘੀ ਹੋ ਜਾਏਗੀ, ਛੇਵੇਂ ਵਾਰੀ ਮੰਗਾਂਗੇ ਉਹ ਖਿੱਚ ਕੇ ਦੇਏਗਾ, ਸੱਤਵੇਂ ਵਾਰੀ ਉਹ ਜਵਾਬ ਦੇ ਦੇਗਾ। ਇੱਕ ਸਤਿਗੁਰੂ ਹੈ, ਇੱਕ ਅਕਾਲ ਪੁਰਖ ਹੈ, ਜਿਹਦੇ ਤੋਂ ਉਹਦੇ ਬੱਚੇ ਜਦੋਂ ਮੰਗਣ, ਜਿੰਨਾ ਮੰਗਣ ਉਹ ਓਨਾ ਦਿੰਦਾ। ਪਰ ਸਾਧ ਸੰਗਤ ਜੀ, ਅਸੀਂ ਉਸ ਦੀਆਂ ਦਾਤਾਂ ਨੂੰ ਸਮਝਦੇ ਨਹੀਂ, ਜਾਣਦੇ ਨਹੀਂ। ਕਿਸੇ ਜ਼ਿਮੀਦਾਰ ਦੀ ਫਸਲ ਮਾਰੀ ਗਈ, ਉਹ ਪਰਮਾਤਮਾ ਨੂੰ ਕੋਸਣ ਲੱਗ ਪਿਆ, ਬਹੁਤ ਮਾੜਾ ਕੀਤਾ ਪਰਮਾਤਮਾ ਨੇ, ਮੇਰੀ ਫਸਲ ਮਾੜੀ ਗਈ, ਮੈਂ ਧੀ ਦਾ ਵਿਆਹ ਕਰਨਾ ਸੀ, ਮੈਂ ਤਾਂ ਕੋਠਾ ਪਾਉਣਾ ਸੀ। ਕਹਿੰਦੇ ਕੋਈ ਸਾਧੂ ਕੋਲ ਦੀ ਗੁਜ਼ਰਿਆ, ਪੁੱਛਿਆ ਉਹਨੇ ਜ਼ਿਮੀਦਾਰ ਨੂੰ, ਕਹਿੰਦੇ ਪੁਰਖਾ ਕੀ ਗੱਲ ਹੋ ਗਈ, ਵਾਹਿਗੁਰੂ ਨੂੰ ਮੰਦਾ ਚੰਗਾ ਬੋਲੀ ਜਾਂਦਾ। ਕਹਿੰਦਾ ਮੇਰਾ ਨੁਕਸਾਨ ਬਹੁਤ ਹੋ ਗਿਆ, ਫਸਲ ਮਾਰੀ ਗਈ, ਜੇ ਮੈਂ ਵਾਹਿਗੁਰੂ ਨੂੰ ਮੰਦਾ ਚੰਗਾ ਨਾ ਬੋਲਾਂ ਤੇ ਹੋਰ ਕੀ ਕਰਾਂ। ਸਾਧੂ ਬੰਦਗੀ ਵਾਲਾ ਸੀ, ਭਜਨੀਕ ਸੀ, ਕਹਿਣ ਲੱਗਿਆ ਪੁਰਖਾ ਕਿੰਨੇ ਕੁ ਦੀ ਹੋਊਗੀ ਤੇਰੀ ਫਸਲ ਸਾਰੀ, ਜੇ ਵਧੀਆ ਹੋ ਜਾਂਦੀ ਵੇਚਦਾ ਕਿੰਨੇ ਕੁ ਪੈਸੇ ਵੱਟੇ ਜਾਣੇ ਸੀ, ਭਾ ਸਸਤੇ ਸੀ। ਕਹਿੰਦਾ 200 ਰੁਪਈਏ। ਕਹਿੰਦਾ ਚਲਾ ਆਇਆ ਘਰ,
ਆ 200 ਰੁਪਈਆ ਮੈਥੋਂ ਲੈ ਲੈ, ਤੂੰ ਮੈਨੂੰ ਬਦਲੇ ਦੇ ਵਿੱਚ ਆਪਣੀ ਇੱਕ ਬਾਂਹ ਵੱਢ ਕੇ ਦੇ। ਫਟਾਫਟ ਆਪਣੀ ਬਾਂਹ ਤੇ ਹੱਥ ਰੱਖ ਲਿਆ, ਕਹਿੰਦਾ ਨਾ ਜੀ ਨਾ, ਬਾਂਹ ਥੋੜੀ ਦੇ ਸਕਦਾ ਮੈਂ ਵੱਢ ਕੇ। ਕਹਿੰਦਾ ਚਲੋ ਮੈਂ ਦੁੱਗਣੀ ਕੀਮਤ ਦੇ ਦਿੰਦੇ, 400 ਰੁਪਈਆ ਦੇ ਦਿੰਦੇ, ਤੂੰ ਆਪਣੀ ਇੱਕ ਲੱਤ ਵੱਢ ਕੇ ਮੈਨੂੰ ਦੇ ਦੇ। ਲੱਤ ਨੂੰ ਹੱਥ ਪਾ ਲਿਆ, ਕਹਿੰਦਾ ਲੱਤ ਕਿਵੇਂ ਵੱਢ ਕੇ ਦੇ ਸਕਦਾ, ਲੱਤ ਬਿਨਾਂ ਮੇਰਾ ਗੁਜ਼ਾਰਾ ਕਿਵੇਂ ਹੋਊਗਾ। ਕਹਿੰਦਾ ਚੰਗਾ ਇਉਂ ਕਰ, 800 ਰੁਪਈਆ ਲੈ ਲਾ ਮੈਨੂੰ ਆਪਣੀ ਇੱਕ ਅੱਖ ਦੇ ਦੇ, 1600 ਰੁਪਈਆ ਲੈ ਲਾ ਮੈਨੂੰ ਦੋਨੇ ਅੱਖਾਂ ਦੇ ਦੇ। ਇਹ ਅੱਖਾਂ ਤੇ ਹੱਥ ਰੱਖ ਲਿਆ, ਕਹਿੰਦਾ ਇਹ ਅੱਖਾਂ ਗਈਆਂ ਤੇ ਸੰਸਾਰ ਗਿਆ, ਮੈਂ ਅੱਖਾਂ ਕਿਵੇਂ ਦੇ ਸਕਦਾ ਤੈਨੂੰ। ਉਹ ਮਹਾਤਮਾ ਕਹਿਣ ਲੱਗਿਆ, ਪੁਰਖਾ ਤੂੰ ਪਰਮੇਸ਼ਵਰ ਨੂੰ ਗਾਲਾਂ ਕੱਢੀ ਜਾਂਦੇ, ਆ ਤੈਨੂੰ ਇੰਨੇ ਕੀਮਤੀ ਕੀਮਤੀ ਤੰਦਰੁਸਤ ਅੰਗ ਦਿੱਤੇ ਆ, ਕਦੇ ਉਹਦਾ ਧੰਨਵਾਦ ਕੀਤਾ ਜੇ? ਕਦੇ ਉਹਦਾ ਧੰਨਵਾਦ ਕੀਤਾ ਤੈਨੂੰ ਇੰਨੇ ਕੀਮਤੀ ਅੰਗ ਦਿੱਤੇ ਆ ਸਰੀਰ? ਕਹਿੰਦਾ ਨਹੀਂ। ਔਰ ਵਾਕਈ ਸਾਧ ਸੰਗਤ ਜੀ, ਅਸੀਂ ਇਹਨਾਂ ਅੰਗਾਂ ਦੀ ਕੀਮਤ ਨਹੀਂ ਸਮਝਦੇ। ਆ ਸਾਡੀਆਂ ਬਾਹਾਂ ਦੀ ਕੀ ਕੀਮਤ ਹੈ ਜੇ ਜਾਣਨੀ ਹੋਵੇ ਨਾ, ਤੇ ਉਹਨੂੰ ਪੁੱਛੀਏ ਜਿਹਦੇ ਬਾਹਾਂ ਵੱਟੀਆਂ ਹੋਈਆਂ ਨੇ, ਉਹ ਦੱਸੂਗਾ ਕਿ ਇਹਨਾਂ ਦੀ ਕੀਮਤ ਕੀ ਹੈ। ਆ ਲੱਤਾਂ ਦੀ ਕੀਮਤ ਕੀ ਹੁੰਦੀ ਹੈ, ਉਹਨੂੰ ਪੁੱਛੀਏ ਜਿਹਦੇ ਲੱਤਾਂ ਕੱਟੀਆਂ ਹੋਈਆਂ ਨੇ, ਉਹ ਦੱਸੂਗਾ ਲੱਤਾਂ ਦੀ ਕੀਮਤ ਕਿੰਨੀ ਹੈ। ਤੇ ਜੇ ਅੱਖਾਂ ਦੀ ਕੀਮਤ ਜਾਣਨੀ ਹੈ ਨਾ, ਸਾਨੂੰ ਨਹੀਂ ਪਤਾ ਅੱਖਾਂ ਦੀ ਸਹੀ ਕੀਮਤ, ਤਾਂ ਕੋਈ ਨੇਤਰਹੀਣ ਦੱਸ ਸਕਦਾ ਕਿ ਅੱਖਾਂ ਦੀ ਸਹੀ ਕੀਮਤ ਕਿੰਨੀ ਹੈ? ਕਿੰਨੇ ਕੀਮਤੀ ਅੰਗ ਦਿੱਤੇ ਨੇ, ਕਦੇ ਪਰਮੇਸ਼ਵਰ ਦਾ ਧੰਨਵਾਦ ਕੀਤਾ? ਸੁਖਮਨੀ ਸਾਹਿਬ ਪੜ੍ਹਦੇ ਹੋਏ ਮਾਲਕ ਕੀ ਨਹੀਂ ਕਹਿੰਦਾ ਸਾਨੂੰ, ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਬ ਅਗਨ ਮਹਿ ਜਿਨ ਹੈ ਉਬਾਰਿਆ, ਬਾਰ ਵਿਵਸਥਾ ਤੁਝ ਹੈ ਪਿਆਰੇ ਦੂਤ, ਭਰ ਜੋਬਨ ਭੋਜਨ ਸੁਖ ਸੂਤ, ਬਿਰਧ ਭਇਆ ਉੱਪਰ ਸਾਖ ਸੈਨ, ਮੁਖ ਅਪਿਆਓ ਬੈਠ ਪਾਉ ਦੈਨ। ਉਹ ਪੁਰਖਾ ਤੈਨੂੰ ਕੀ ਨਹੀਂ ਦਿੱਤਾ, ਜੀਓ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਕੀ ਨਹੀਂ ਦਿੱਤਾ ਤੈਨੂੰ, ਤੈਨੂੰ ਸਭ ਕੁਝ ਦਿੱਤਾ। ਆ ਜਿਹੜੀ ਹਵਾ ਚ ਸਾਹ ਲੈਂਦੇ ਤੇਰਾ ਗੁਜ਼ਾਰਾ ਨਹੀਂ, ਇਹ ਪਰਮੇਸ਼ਵਰ ਦੇ ਦਿੱਤੀ ਆ। ਜਿਹੜਾ ਪਾਣੀ ਪੀ ਕੇ ਜ਼ਿੰਦਗੀ ਬਸਰ ਕਰਦਾ, ਇਹ ਪਾਣੀ ਵੀ ਤੈਨੂੰ ਪਰਮੇਸ਼ਵਰ ਨੇ ਦਿੱਤਾ ਹੈ। ਮੈਂ ਇੱਕ ਛੋਟੀ ਜਿਹੀ ਗੱਲ ਕਹਿ ਕੇ ਸਮਾਪਤੀ ਕਰਨੀ ਹੈ, ਕਿਉਂਕਿ ਪੰਨੂ ਸਾਹਿਬ ਨੇ ਦੱਸਿਆ ਸਮਾਂ ਜ਼ਿਆਦਾ ਹੋ ਚੁੱਕਿਆ। ਰਾਜੇ ਨੂੰ ਰਾਜ ਦਾ ਹੰਕਾਰ ਬਹੁਤ ਸੀ, ਮੇਰਾ ਰਾਜ, ਮੇਰਾ ਰਾਜ, ਮੇਰਾ ਰਾਜ, ਮੇਰੇ ਰਾਜ ਦੀ ਰੱਟ ਲਾਈ ਰੱਖਦਾ ਸੀ। ਉਹਦਾ ਵਜ਼ੀਰ ਬੜਾ ਸਿਆਣਾ ਸੀ, ਉਹਨੇ ਕਿਹਾ ਇਹਦਾ ਹੰਕਾਰ ਤੋੜਨਾ ਚਾਹੀਦਾ, ਕਦੇ ਰੱਬ ਦਾ ਨਾਂ ਨਹੀਂ ਲੈਂਦਾ। ਇੱਕ ਦਿਨ ਗਰਮੀ ਦਾ ਮਹੀਨਾ ਸੀ, ਕਹਿਣ ਲੱਗਿਆ ਰਾਜਾ ਸਾਹਿਬ ਸ਼ਿਕਾਰ ਖੇਡਣ ਜਾਣਾ ਚੱਲੀਏ। ਕਹਿੰਦਾ ਚਲੋ। ਵਜ਼ੀਰ ਬੜੀ ਯੁਕਤੀ ਦੇ ਨਾਲ, ਸਿਆਣਪ ਦੇ ਨਾਲ ਰਾਜੇ ਨੂੰ ਸ਼ਿਕਾਰ ਖੇਡਣ ਵਾਸਤੇ ਘਨਘੋਰ ਬੀਆਬਾਨ ਜੰਗਲ ਦੇ ਵਿੱਚ ਲੈ ਗਿਆ। ਰਾਜੇ ਨੂੰ ਪਿਆਸ ਲੱਗੀ, ਕਹਿੰਦਾ ਵਜ਼ੀਰ ਪਾਣੀ? ਕਹਿੰਦੇ ਜੀ ਪਾਣੀ ਤਾਂ ਇੱਥੇ 50 ਉਹ ਤੱਕ ਕਿਤੇ ਨਹੀਂ, ਮੈਨੂੰ ਤਾਂ ਪਿਆਸ ਲੱਗੀ ਹੈ, ਚੱਲ ਮੁੜ ਪਿੱਛੇ ਚੱਲੀਏ। ਉਹ ਕਹਿੰਦਾ ਜੀ ਭਾਵੇਂ ਪਿੱਛੇ ਮੁੜ ਚੱਲੀਏ, ਪਰ 50 ਦੋਹਰੇ ਪਾਣੀ ਨਹੀਂ ਮਿਲਣੇ। ਰਾਜਾ ਤੜਪਣ ਲੱਗਿਆ, ਵਜ਼ੀਰ ਨੂੰ ਕਹਿਣ ਲੱਗਿਆ ਜੇ ਪਾਣੀ ਨਾ ਮਿਲਿਆ ਮੈਂ ਮਰ ਜਾਂਗਾ, ਪਾਣੀ ਦਾ ਇੰਤਜ਼ਾਮ ਕਰ। ਜਦੋਂ ਵਜ਼ੀਰ ਨੇ ਦੇਖਿਆ ਨਾ ਕਿ ਰਾਜਾ ਪਾਣੀ ਦੇ ਨਾਲ ਮਰਦਾ ਪਿਆ, ਕਹਿੰਦੇ ਆਪਣੇ ਨਾਲ ਛੁਪਾ ਕੇ ਲਿਆਂਦੀ ਸੁਰਾਹੀ ਦੇ ਵਿੱਚੋਂ ਪਾਣੀ ਜਿਹੜਾ ਸੀ ਵਜ਼ੀਰ ਨੂੰ ਦਿਖਾਇਆ। ਕਹਿੰਦਾ ਰਾਜਨ ਚਿੰਤਾ ਨਾ ਕਰੋ, ਰਾਜੇ ਨੂੰ ਦਿਖਾਇਆ, ਕਹਿੰਦਾ ਚਿੰਤਾ ਨਾ ਕਰੋ, ਪਾਣੀ ਮੇਰੇ ਕੋਲੇ ਹੈਗਾ। ਉਹ ਭਲਿਆ ਪੁਰਖਾ ਜਲਦੀ ਕਰ, ਮੈਨੂੰ ਪਾਣੀ ਪਿਲਾ, ਜੇ ਤੇਰੇ ਪਾਣੀ ਨਾਲ ਹੈਗਾ ਤੂੰ ਮੈਨੂੰ ਪਿਆਇਆ ਕਿਉਂ ਨਹੀਂ? ਕਹਿੰਦਾ ਜੀ ਇਉਂ ਨਹੀਂ ਮਿਲਣਾ। ਕਹਿੰਦਾ ਫਿਰ ਕਿਵੇਂ ਮਿਲੂ? ਕਹਿੰਦਾ ਮੈਂ ਤਾਂ ਵੇਚੂੰਗਾ, ਜੇ ਖਰੀਦਣਾ ਤਾਂ ਖਰੀਦ ਲੈ। ਕੀ ਕੀਮਤ ਹੈ ਤੇਰੇ ਪਾਣੀ ਦੀ? ਰਾਜੇ ਨੇ ਕਿਹਾ ਪਾਣੀ ਦੀ ਕੀਮਤ ਕਿੰਨੀ ਹੈ ਦੱਸ ਮੈਨੂੰ ਜਲਦੀ। ਕਹਿਣ ਲੱਗਾ ਅੱਧਾ ਗਲਾਸ ਪਿਆਊਂਗਾ, ਤੇਰਾ ਅੱਧਾ ਰਾਜ ਲਾਊਂਗਾ। ਪਿਆਸ ਲੱਗੀ ਸੀ, ਅੱਧਾ ਗਲਾਸ ਪਾਣੀ ਦਾ ਪੀਤਾ ਤੇ ਅੱਧਾ ਰਾਜ ਵਜ਼ੀਰ ਨੂੰ ਲਿਖ ਕੇ ਦੇਤਾ। ਪਰ ਅੱਧੇ ਗਲਾਸ ਨਾਲ ਕੀ ਬਣਦਾ? ਥੋੜੇ ਚਿਰ ਬਾਅਦ ਕਹਿਣ ਲੱਗਿਆ ਵਜ਼ੀਰ ਪਾਣੀ ਫੇਰ ਚਾਹੀਦਾ। ਕਹਿੰਦਾ ਲੈ ਲਓ ਦੇ। ਕਹਿੰਦਾ ਕਹਿੰਦਾ ਜੀ ਕੀਮਤ ਮੁੱਲ ਵੇਚੂੰਗਾ। ਕਿੰਨੀ ਮੁੱਲ, ਕਿੰਨੀ ਕੀਮਤ? ਕਹਿੰਦਾ ਪਹਿਲਾਂ ਇੰਨੀ, ਅੱਧਾ ਗਲਾਸ ਹੋਰ ਦੇ ਦੇ, ਬਾਕੀ ਜਿਹੜਾ ਅੱਧਾ ਰਾਜ ਰਹਿੰਦਾ ਉਹ ਵੀ ਮੈਨੂੰ ਲਿਖ ਕੇ ਦੇ ਦੇ। ਅੱਧਾ ਰਾਜ
ਵੀ ਲਿਖ ਕੇ ਦੇ ਦਿੱਤਾ ਰਾਜੇ ਨੇ ਤੇ ਪਾਣੀ ਦਾ ਗਲਾਸ ਪੀਤਾ, ਜਿਵੇਂ ਤਿਵੇਂ ਕਰਕੇ ਰਾਜਧਾਨੀ ਦੇ ਵਿੱਚ ਆ ਗਿਆ। ਤੇ ਜਦੋਂ ਬੋਰੀਆ ਬਿਸਤਰਾ ਬੰਨ ਕੇ ਰਾਜਾ ਤੁਰਨ ਲੱਗਿਆ ਨਾ, ਤੇ ਵਜ਼ੀਰ ਕਹਿੰਦਾ ਰਾਜਨ ਰੁਕ ਜਾ, ਕਹਿੰਦਾ ਦੱਸੋ, ਕਹਿੰਦਾ ਕਦੇ ਪਰਮਾਤਮਾ ਦਾ ਨਾਮ ਨਹੀਂ ਲਿਆ ਤੂੰ, ਤੂੰ ਕਹਿੰਦਾ ਹੁੰਦਾ ਸੀ ਮੈਂ ਪਰਮਾਤਮਾ ਨੂੰ ਕਿਉਂ ਧਿਆਵਾਂ, ਇਹ ਰਾਜ ਮੇਰੇ ਪਿਓ ਨੇ ਦਿੱਤਾ ਮੈਨੂੰ, ਇਹ ਜ਼ਮੀਨ ਮੇਰੇ ਪਿਓ ਨੇ ਦਿੱਤੀ ਆ। ਕਹਿੰਦਾ ਸੀ, ਕਹਿੰਦਾ ਜੀ, ਕਹਿੰਦਾ ਸੀ ਕਿੰਨੀ ਕੀਮਤ ਹੈ ਤੇਰੇ ਇਸ ਰਾਜ ਦੀ, ਇੱਕ ਪਾਣੀ ਦਾ ਗਲਾਸ, ਮੈਂ ਇੱਕ ਪਾਣੀ ਦੇ ਗਲਾਸ ਦੇ ਬਦਲੇ ਤੇਰਾ ਰਾਜ ਖਰੀਦ ਲਿਆ ਜਿਹਦੇ 'ਚ ਤੂੰ ਹੰਕਾਰ ਕਰਦਾ ਹੁੰਦਾ ਸੀ। ਮੈਨੂੰ ਇਹਦਾ ਸਮਝਦੇ ਕਿੰਨੇ ਗਲਾਸ ਪਾਣੀ ਦਾ ਪੀਂਦਾ ਸੀ, ਪੰਜ ਸੱਤ ਗਲਾਸ ਪਾਣੀ ਦੇ ਪੀਂਦਾ ਸੀ ਰੋਜ਼। ਕਹਿੰਦੇ ਜੀ ਪੀਂਦਾ ਸੀ, ਕਦੇ ਰੱਬ ਦਾ ਧੰਨਵਾਦ ਕੀਤਾ ਜਿਹਨੇ ਪਾਣੀ ਦਿੱਤਾ, ਬਾਪ ਦਾ ਧੰਨਵਾਦ ਤਾਂ ਕਰਦਾ ਸੀ ਮੈਨੂੰ ਰਾਜ ਭਾਗ ਦੇ ਮਾਲਕ ਬਣਾਤਾ, ਪਰ ਕਦੇ ਉਸ ਬਾਪ ਦਾ ਧੰਨਵਾਦ ਕੀਤਾ ਜਿਹੜਾ ਤੈਨੂੰ ਪਾਣੀ ਪੀਣ ਵਾਸਤੇ ਦਿੰਦਾ ਸੀ, ਐਡਾ ਮਹਿੰਗਾ, ਐਡਾ ਕੀਮਤ। ਸਮਝ ਆ ਗਈ ਗੱਲ ਵੀ ਸਭ ਕੁਝ ਅਕਾਲ ਪੁਰਖ ਦਿੰਦਾ ਹੈ। ਕਹਿਣ ਦਾ ਮਤਲਬ ਹੈ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਮਾਨਸ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਆ ਰਹਿ ਅਘਾਏ, ਬਹੁਰ ਨਾ ਤ੍ਰਿਸ਼ਨਾ ਲਾਗੈ। ਮੰਗਣਾ ਤੇ ਅਕਾਲ ਪੁਰਖ ਤੋਂ ਮੰਗੋ, ਮੰਗਣਾ ਤੇ ਸਤਿਗੁਰੂ ਤੋਂ ਮੰਗੋ। ਜਿਹੜਾ ਅਕਾਲ ਪੁਰਖ ਤੋਂ ਮੰਗਦਾ ਹੈ, ਜਿਹੜਾ ਸਤਿਗੁਰੂ ਤੋਂ ਮੰਗਦਾ ਹੈ, ਜਿਵੇਂ ਪੰਨੂ ਸਾਹਿਬ ਨੇ ਦੱਸਿਆ ਨਾ ਕਿ ਕਿਸੇ ਚੀਜ਼ ਦੀ ਘਾਟ ਨਹੀਂ ਇੱਥੇ ਥੋੜਨੀ, ਉਹਨੂੰ ਘਾਟ ਰਹਿੰਦੀ ਵੀ ਨਹੀਂ, ਉਹਨੂੰ ਥੋੜ ਰਹਿੰਦੀ ਵੀ ਨਹੀਂ। ਇੱਕ ਗੱਲ ਕਰਕੇ ਰੱਖਿਓ, ਸਤਿਗੁਰਾਂ ਨੇ ਸਾਨੂੰ ਬਾਦਸ਼ਾਹ ਬਣਾਇਆ, ਮੰਗ ਤੇ ਨਹੀਂ ਬਣਾਇਆ। ਤੇ ਜਿਹੜਾ ਗੁਰੂ ਤੋਂ ਮੰਗਦਾ ਹੈ, ਜਿਹੜਾ ਪਰਮੇਸ਼ਵਰ ਤੋਂ ਮੰਗਦਾ, ਉਹ ਗੁਰੂ ਪਿਆਰਿਓ ਬਾਦਸ਼ਾਹ। ਗੁਰਦੁਆਰਿਆਂ ਦੇ ਬਾਹਰ, ਮਸੀਤਾਂ ਦੇ ਬਾਹਰ ਅਸੀਂ ਮੰਗਦੇ ਦੇਖਦੇ ਹਾਂ। ਅਸੀਂ ਜਦੋਂ ਗੁਰਦੁਆਰੇ ਮੱਥਾ ਟੇਕ ਕੇ ਬਾਹਰ ਨਿਕਲਦੇ ਹਾਂ ਜਾਂ ਗੁਰਦੁਆਰੇ ਜਾਂਦੇ ਹਾਂ, ਉਹ ਸਾਡੇ ਅੱਗੇ ਹੱਥ ਅੱਡ ਕੇ ਪੈਸੇ ਮੰਗਦੇ ਆ। ਧਿਆਨ ਦੇ ਨਾਲ ਜਾਣਿਓ, ਚੇਤੇ ਰੱਖਿਓ, ਅਸੀਂ ਵੀ ਮੰਗਦੇ ਹਾਂ। ਫਰਕ ਸਿਰਫ ਇਹਨਾਂ ਕਿ ਅਸੀਂ ਅੰਦਰ ਮੰਗਦੇ ਹਾਂ, ਉਹ ਬਾਹਰ ਮੰਗਦੇ ਆ, ਪਰ ਅਸੀਂ ਉਹਨਾਂ ਨਾਲੋਂ ਬਹੁਤ ਵਧੀਆ। ਕਿਉਂ ਵਧੀਆ? ਸਾਡਾ ਮੰਗਣਾ ਗੁਣ ਹੈ, ਉਹਨਾਂ ਦਾ ਮੰਗਣਾ ਜਿਹੜਾ ਇੱਕ ਗੁਨਾਹ ਹੈ, ਔਗਣ ਹੈ। ਕਿਉਂ? ਉਹ ਵੀ ਮੰਗਦੇ, ਅਸੀਂ ਵੀ ਮੰਗਦੇ, ਫਿਰ ਅਸੀਂ ਚੰਗੇ ਤੇ ਉਹ ਮਾੜੇ ਕਿਵੇਂ ਹੋ ਗਏ? ਉਹ ਸਾਧ ਸੰਗਤ ਜੀ ਇਸ ਕਰਕੇ ਕਿਉਂਕਿ ਅਸੀਂ ਅੰਦਰ ਜਾ ਕੇ ਗੁਰੂ ਤੋਂ ਮੰਗਦੇ ਹਾਂ, ਬੰਦਿਆਂ ਤੋਂ ਮੰਗਦੇ ਹਾਂ। ਬੰਦਿਆਂ ਤੋਂ ਮੰਗਣਾ ਗੁਨਾਹ ਹੈ, ਗੁਰੂ ਤੋਂ ਮੰਗਣਾ ਗੁਨਾਹ ਨਹੀਂ ਹੈ ਬਲਕਿ ਗੁਣ ਹੈ। ਗੁਰੂ ਤੋਂ ਮੰਗਣਾ ਸ਼ਾਬਾਸ਼ੀ ਹੈ। ਬੜੀ ਖੁਸ਼ੀ ਹੈ ਕਿ ਇਸ ਅਸਥਾਨ ਦੇ ਉੱਤੇ ਇਹ ਸਾਡਾ ਸਿੱਖ ਸਿਧਾਂਤ ਜੀ ਦੀ ਤਰਜਮਾਨੀ ਕੀਤੀ ਜਾਂਦੀ ਹੈ। ਮੈਂ ਜਿੱਥੇ ਆਪ ਸਾਰੀ ਸੰਗਤ ਦਾ ਧੰਨਵਾਦ ਕਰਦਾ, ਸਾਡੇ ਮੈਂਬਰ ਸਾਹਿਬ ਨੇ ਆਪ ਸੰਗਤ ਵੱਲੋਂ ਉਹਨਾਂ ਨੇ ਹੁਕਮ ਕੀਤਾ, ਦਾਸ ਨੂੰ ਆਪ ਜੀ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਬਾਬਾ ਸਤਨਾਮ ਸਿੰਘ ਜੀ ਜਿਹੜੇ ਮੁੱਖ ਸੰਚਾਲਕ ਨੇ ਇਸ ਅਸਥਾਨ ਦੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਤਾਂ ਇਹਨੀ ਦਾਸ ਦੀ ਹਾਜ਼ਰੀ ਪ੍ਰਵਾਨ ਕਰਨੀ, ਸਾਧ ਸੰਗਤ ਜੀ ਫਤਿਹ ਬੁਲਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।